ਸਾਡਾ ਵੱਡਾ ਵੀਰ ਸਿੱਧੂ ਮੂਸੇ ਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਰਿਹਾ ਵਾ। ਜਵਾਨ ਹਜ਼ਾਰ ਪੁੱਤ ਕੱਲੇ ਕੱਲੇ ਕਲਾ ਕਲਾ ਪੁੱਤ ਹੀ ਪਰਿਵਾਰ ਦਾ ਉਹ ਅਲਵਿਦਾ ਕਹਿ ਰਿਹਾ ਦੁਨੀਆ ਨੂੰ। ਤੇ ਇੱਦਾਂ ਮਤਲਬ ਨਾ ਕਰੋ, ਆਪਣੇ ਮਾਪਿਆਂ ਨੂੰ ਕਦਰ ਕਰਿਆ ਕਰੋ, ਆਪਣੇ ਮਾਪਿਆਂ ਦੀ ਧੱਕੇ ਨਾ ਦਿਆ ਕਰੋ ਵੀ ਜਿੱਦਾਂ ਤੁਸੀਂ ਇੱਦਾਂ ਧੱਕੇ ਦਿੰਦੇ ਆ। ਮਾਂ ਸਾਹਿਬ ਨੂੰ ਬੇਨਤੀ ਆ ਵੀ ਇਹ ਘਟਨਾਵਾਂ ਨਾ ਹੋਣ ਤੇ ਸਿੱਧੂ ਮੂਸੇਵਾਲ ਬਾਬਾ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ। दोस्तों मैं हाँ थोड़ा अपना हरजीत गरेवाल, अज तुम छोटे जे बच्चे का मिला जा रहे हैं जोड़ा कि सोशल मीडिया से बड़ा एक्टिव रहा वा और काफ़ी उसको लोग चाहन वाले ने उसके काफ़ी फैन फॉलो ने। जी हाँ मैं गल कर रहा बटाले रस्ते जोड़ा छोटा जहा पिंड पा घसीटपुरा गोलू माझे वाला उसू सहज सहूलता भी कहा जाता वा। गलबात करा इस जिंदगी सफर बारे पूछा भी किस तरह जिंदगी सफर बतीत कर रहा तो घर के की हालात ने। सब तो पहले स्वागत करते हैं गोलू जी का। गोलू जी बहुत बहुत स्वागत है जी। ਗੋਲੂ ਜੀ ਸਾਡੇ ਦਰਸ਼ਕ ਦੇ ਰਹੇ ਨੇ ਦਾਨੂੰ ਦੇਸਾਂ ਦੇਸਾਂ 'ਚ, ਉਹਨਾਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਬੁਲਾ ਦਿਓ, ਫਤਿਹ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੱਲ ਕਰੀਏ ਗੋਲੂ ਮਾਝੇ ਵਾਲਾ, ਕਿਸ ਤਰ੍ਹਾਂ ਨਾਮ ਸ਼ੁਰੂ ਹੋਇਆ, ਜ਼ਿੰਦਗੀ ਸ਼ੁਰੂਆਤ ਕਿਸ ਤਰ੍ਹਾਂ, ਗੋਲੂ ਮਾਝੇ ਵਾਲਾ ਨਾਂ ਕਿਸ ਤਰ੍ਹਾਂ ਪੈ ਗਿਆ, ਸਹਿਜ ਤੋਂ ਸਹਿਜ ਸੋਤਾਂ ਤੋਂ ਗੋਲੂ ਮਾਝੇ ਵਾਲਾ ਕਿੱਦਾਂ ਬਣਿਆ? ਹਾਂਜੀ ਮੈਂ ਨਾ ਇੱਦਾਂ ਹੀ ਸਾਈਕਲ ਚਲਾਉਂਦਾ ਹੁੰਦਾ ਸੀ, ਇਹੋ ਹੀ ਦੇਣੇ ਸੀ ਵੀ ਇਹੋ ਟਾਈਮ ਹੋਣਾ ਵਾ ਸ਼ਾਮ ਦਾ ਹੀ। ਹਾਂਜੀ ਇਹ ਸ਼ਾਮ ਦਾ ਟਾਈਮ ਤੇ ਇਹੋ ਹੀ ਦੇਣੇ ਸੀ ਗਰਮੀਆਂ ਦੇ ਹੀ। ਮੈਂ ਜਾਣ ਡਿਆ ਇੱਦਾਂ ਸਾਈਕਲਿੰਗ ਕਰਨ ਡਿਆ ਉਦਾਂ ਹੀ ਮੁੰਡੇ ਸੀ ਉੱਥੇ ਖਲੋਤੇ ਝੋਨਾ ਝੋਨਾ ਲਾਉਣ ਡੇ ਪਨੀਰੀ ਪਨੂਰੀ ਪੁੱਟਣ ਡੇ ਸੀ ਤੇ ਮੈਂ ਚਲ ਗਿਆ ਉੱਥੇ ਤੇ ਉਹਨਾਂ ਸੇੜਤਾ ਦੇ ਪਾਲਰ ਦੇ ਮੁੰਡੇ ਮਤਲਬ ਮੇਰੀ ਚਾਚੀ ਪਾਲਰ ਆ ਨਾ। ਚਾਚੀ ਪਾਲਰ ਆ? ਨਹੀਂ ਦੁਕਾਨ ਤੇ ਮਤਲਬ ਵੀ ਉਹਨਾਂ ਦੀ ਆਪਣੀ ਦੁਕਾਨ ਆ ਪਾਲਰ ਦੀ। ਅੱਛਾ ਚਾਚੀ ਦੀ ਦੁਕਾਨ ਪਾਲਰ ਆ? ਹਾਂਜੀ ਚਾਚੀ ਪਾਲਰ ਚਲਾਉਂਦੀ ਆ। ਹਾਂਜੀ ਹਾਂਜੀ ਤੇ ਹਣਾ ਤੇ ਮੈਨੂੰ ਕੋਈ ਕਹਦੇ ਮੈਨੂੰ ਵਧੀਆ ਮੈਨੂੰ ਕੁਝ ਨਹੀਂ ਕਹਿੰਦਾ, ਮੇਰੇ ਘਰ ਜਾ ਦੇ ਕੋ ਕਲਾਜ ਜਾ ਮੈਨੂੰ ਗੁੱਸਾ ਆਉਂਦਾ। ਨਹੀਂ ਗੁੱਸਾ ਕਿਉਂ, ਮਾੜੀ ਗੱਲ ਕੀ ਆ, ਚਾਚੀ ਦਾ ਮੁੰਡਾ ਤੂੰ ਪਾਲਰ ਵਾਲਾ ਮੁੰਡਾ ਕਹਤਾ? ਆ ਪਾਲਰ ਦਾ ਮੁੰਡਾ ਕਹਤਾ। ਚਾਚੀ ਦੀ ਕੰਮ ਪਾਲਰ ਦਾ ਕਰਦੀ ਹੈ ਨਾ? ਆਹੋ ਆਹੋ ਤੇ ਫਿਰ ਕਿਤੇ ਮਾੜੀ ਗੱਲ ਕੀ ਆ? ਪਾਲਰ ਦਾ ਮੁੰਡਾ ਮੈਂ ਆਪਣੀ ਮੰਮੀ ਦਾ ਮੁੰਡਾ ਹਾਂ ਕਿ? ਅੱਛਾ ਮੰਮੀ ਦਾ ਮੁੰਡਾ ਆ। ਚਾਚੀ ਵੀ ਮੰਮੀ ਦੀ ਮਾਵਾਂ ਹੁੰਦੀਆਂ ਵਾ? ਨਹੀਂ ਹੁੰਦੀਆਂ? ਅੱਛਾ ਫਿਰ ਤੇ ਫਿਰ ਇਦਾਂ ਹੀ ਜਾ ਇਦਾਂ ਹੀ ਉਹਨਾਂ ਸਿਰ ਤਾਂ ਮੈਂ ਉੱਥੇ ਗਾਲਾ ਗੁਲਾ ਕੱਢ ਆਇਆ ਕਦੇ ਉਹਨਾਂ ਵੀਡੀਓ ਚੜਤੀ ਆ ਮੁੰਡਾ ਕਦੇ ਪਰਾਉਣਾ ਆਇਆ ਇਹਨਾਂ ਘਰ ਇਹ ਕਹਿੰਦਾ ਮਾਮੀ ਜੀ ਆ ਵੇਖੋ ਗੋਲੂ ਗਾਲਾ ਕੱਢਣ ਡਿਆ। ਪਿੰਡ 'ਚ ਬੜੀ ਬਦਨਾਮੀ ਹੋਈ ਸਾਡੀ ਬੜੀ ਤੇ ਫਿਰ ਬੜੀ ਬਦਨਾਮੀ ਹੋਈ ਡੈਡੀ ਨੂੰ ਕਹਿੰਦੇ ਰਹੇ ਮੈਨੂੰ ਕਹਿੰਦੇ ਰਹੇ ਵੀਡੀਓ ਪਾਉਣੀ ਤਾਂ ਕੋਈ ਚੱਜ ਦੀ ਪਾ ਦੇਣੀ ਤੁਸੀਂ ਕੀ ਸਿਖਾਉਂਦੇ ਬੱਚੇ ਨੂੰ। ਹੋਇਆ 4-5 ਮਹੀਨੇ ਫਿਰ ਗਾਣੇ 'ਚ ਆ ਗਈ ਵੀਡੀਓ। ਹਾਂ ਗਾਣੇ 'ਚ ਆ ਗਈ ਵੀਡੀਓ ਮੁੰਡੇ ਦੀ ਗਾਣੇ 'ਚ ਤੇ ਫਿਰ मेला लगा मेला ही लगा चल बाह फिर पिछे दुख दिता घड़ा ही छड़ जा दोनों है भुक्की खा जमी है ना खाने भी पैने सामने भी पैने बाद चुप गई फिर ਇਹ ਬਾਹਰ ਗਾਣਾ ਮਾਝਾ ਵਾਲਾ ਗਾਣੇ ਨੇ ਮੇਰੀ ਆਵਾਜ਼ ਲਈ ਨਾ ਕੋਈ ਪੈਸਾ ਪਾਇਆ ਨਾ ਕੋਈ ਧੇਲਾ ਇਹ ਗਈ ਫਿਰ ਉਹ ਯਾਰ ਪਿੰਬੂ ਵਸਦੀ ਦੀ ਆ ਮਾਰ ਤੇਰੀ ਭੈਣ ਵੱਡੇ ਲਵਾਏ। ਹਾਂਜੀ ਮੈਨੂੰ ਇਸੋ ਗੋਲੋ ਜੀ ਗੱਲ ਕਰੀ ਤੁਹਾਡੀ ਪੜ੍ਹਾਈ ਦੀ ਕਿਹੜੇ ਸਕੂਲ ਪੜ੍ਹਦੇ ਹੋ ਇਹ ਤੁਹਾਡੀ ਉਮਰ ਕਿੰਨੀ ਹੈ? ਜੀ ਮੇਰੀ ਉਮਰ ਹੈਗੀ 12 ਸਾਲ ਤੇ ਮੇਰੀ ਕਲਾਸ ਹੈਗੀ 8th ਤੇ ਸਕੂਲ ਦਾ ਨਾਮ ਹੈਗਾ ਸਰਕਾਰੀ ਸਕੂਲ ਹਰਦੋ ਚੰਡੀ। ਹਰਦੋ ਚੰਡੀ ਠੀਕ ਹੈ ਤੇ ਮੈਨੂੰ ਇਸੋ ਵੀ ਹਮੇਸ਼ਾ ਕਹਿੰਦਾ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਕੀ ਲੱਗਦਾ ਵਾਕਈ ਤੁਸੀਂ ਪੜ੍ਹਦੇ ਵਾਕਈ ਸਰਕਾਰੀ ਪੜ੍ਹਾਈ ਹੁੰਦੀ ਹੈ ਕਿ ਜਾਂ ਨਹੀਂ ਹੁੰਦੀ? ਜੀ ਹੁੰਦੀ ਹੈ ਪੜ੍ਹਾਈ। ਪੜ੍ਹਾਈ ਕਿਉਂ ਨਹੀਂ ਹੁੰਦੀ? ਕਹਿਣਾ ਹੁੰਦਾ ਪੜ੍ਹਾਈ ਨਹੀਂ ਹੁੰਦੀ, ਪੜ੍ਹਾਈ ਹੁੰਦੀ ਆ ਉਹ ਆਪਣੇ ਦਿਮਾਗ ਦੀ ਗੱਲ ਹੁੰਦੀ ਪੜ੍ਹਨਾ ਨਹੀਂ ਪੜ੍ਹਨਾ ਠੀਕ ਆ ਤੇ ਪੜ੍ਹਾਈ ਜ਼ਰੂਰ ਹੁੰਦੀ ਆ। ਟੀਚਰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਸਾਡੇ ਸਨਪ੍ਰੀਤ ਮੈਮ ਇੰਚਾਰਜ ਆ ਭਪਿੰਦਰ ਮੈਮ ਸਨਪ੍ਰੀਤ ਮੈਮ ਰੁਪਾਲੀ ਮੈਮ ਆਇਨਾ ਮੈਮ ਸਾਰੇ ਹੀ ਬਹੁਤ ਵਧੀਆ ਹਨਾ ਤੇ ਬਹੁਤ ਹੀ ਵਧੀਆ ਤਰ੍ਹਾਂ ਪੜ੍ਹਾਉਂਦੇ ਆ ਸੋਡੀ ਸਰ ਨਵਜੋਤ ਸਰ ਹਨਾ। ਕਿੰਨਾ ਕੁ ਪਿਆਰ ਕਰਦੇ ਤੈਨੂੰ? ਬਹੁਤ ਪਿਆਰ ਕਰਦੇ ਇਹ ਨਵਜੋਤ ਸਰ ਠੀਕ ਆ ਨਵਜੋਤ ਸਰ ਤੇ ਇੱਕ ਡੀਪੀ ਸਰ। ਮੈਨੂੰ ਇਸ ਵੀ ਗੋਲੂ ਜਿਹੜਾ ਵਾ ਸੁਰੇਸ਼ ਸਰ ਉੱਥੇ ਸੈਲਿਬ੍ਰਿਟੀ ਬਣ ਕੇ ਜਾਂਦਾ ਕਿ ਜਾਂ ਬੱਚਾ ਸਟੂਡੈਂਟ ਬਣ ਕੇ ਜਾਂਦਾ? ਨਵਤੇਜ ਸਰ ਜਿਹੜੇ ਆ ਨਾ ਤੇ ਉਹ ਬਹੁਤ ਹੀ ਪਿਆਰ ਕਰਦੇ ਆ ਨੂੰ ਸਾਰੇ ਟੀਚਰ ਬਹੁਤ ਪਿਆਰ ਕਰਦੇ ਆ ਤੇ ਪੜਾਉਂਦੇ ਵੀ ਬੜੇ ਵਧੀਆ ਤਰ੍ਹਾਂ ਆ। ਕਿਹੜਾ ਹੁੰਦਾ ਨਹੀਂ ਪੜਾਈ ਪੜਾਈ ਬਹੁਤ ਹੀ ਤਰੀਕੇ ਨਾਲ ਹੁੰਦੀ ਆ। ਲੋਕੀ ਕਹਿੰਦੇ ਨੇ ਵੀ ਸਕਾਈ ਸਕੂਲਾਂ ਦੀ ਮੈਡਮਾਂ ਜਿਹੜੀਆਂ ਨੇ ਉਹ ਕਹਿੰਦਾ ਵੀ ਉਥੋਂ ਦੀਆਂ ਜ਼ਿਆਦਾਤਰ ਬੱਚੇ ਜਿਹੜੇ ਨੇ ਖੇਡਦੇ ਰਹਿੰਦੇ ਨੇ ਉਹ ਪੜਾਉਂਦੇ ਨਹੀਂ ਆ ਕਿੱਦਾਂ ਵਾ ਇਹ ਲੋਕਾਂ ਦਾ ਅਕਸਰ ਲੋਕਾਂ ਨੂੰ ਸੁਣਨ 'ਚ ਮਿਲਦਾ ਏ? ਨਹੀਂ ਜੀ ਨਹੀਂ ਖੇਡਦੇ ਨਹੀਂ ਰਹਿੰਦੇ ਕਿਤੇ ਵੀ ਜਾਣਾ ਵਾਸ਼ਰੂਮ ਜਾਣਾ ਪਾਣੀ ਪੀਣ ਜਾਣਾ ਵਾ ਮੈਮ ਨੂੰ ਪੁੱਛ ਕੇ ਫਿਰ ਜਾਣਾ ਵਾ ਉਦਾਂ ਕਲਾਸ 'ਚ ਕੋਈ ਪਤਾ ਵੀ ਨਹੀਂ ਹਿਲਦਾ। ਹਾਂਜੀ ਏਡੀ ਸਖਤਾਈ ਉੱਥੇ ਏਡੀ ਸਖਤਾਈ ਆ। ਹਾਂਜੀ ਹਾਂਜੀ ਤੇ ਬਹੁਤ ਹੀ ਵਧੀਆ ਪੜ੍ਹਾਉਂਦੇ ਉੱਥੇ ਤੇ ਆਉਂਦੇ ਵੀ ਆਉਂਦੇ ਕਈ ਆਉਂਦੇ ਪੇਪਰ ਨਕਲਬਾਜ਼ੀ ਨਕਲ
मैडम रोबिन बहुत पढ़ा हुआ नर्सरी तो लैके तक कोई नहीं कोई पोजीशन नहीं आई हर पोजीशन लिया मेरा अपना पक्का दोस्त मेरा तो रोबिन जो ना लेंगे चलो फर्स्ट पोजीशन लिया वा गुरु का पढ़ाई की हालात है मेरे बहुत वधिया हालात है पेपर फर्स्ट होना मैं अठवीं क्लास बोर्ड की कोई नहीं आ बच्चे सारे क्लास पढ़ते हो रोटी पानी कट्ठा खाते किस तरह ये नहीं होंगे यार गोलू स्टार बन गया रोटी वखरी खांदा वा वखरा बहिंदा वा इदां होया नहीं नहीं मेरा यार है ना जिहड़े आंदे भी मैं इस तरह फील करदा भी मैं स्टार नहीं है मैं स्कूल च इदा फील करदा वा भी मैं यारां दा यार हां जिगरियां दा जिगरी ते फ्रेंडां दा फ्रेंड हां मैं हां जी ते रोटी भी कट्ठे बह के जिदा मैं बैठा इदा तुसी बैठे इदा यार बैठे इदा ही सारे इदा खाईदी रोटी नहीं चलो चाहिदा बंदे वंड वंड वरत के चीज खाईदी जिदा आपां चीज खा लैने कोई कुरके वगैरह वंड के खानी चीज पहले नहीं खानी चंगी गल है बेशा ये नहीं बंदा चढ़ाई हो गया बंदे दी चढ़ाई हो गई ते बंदा बंदे नूं पुछे ना जां बंदे अपने नूं कहे मैं स्टार बन गया वाकई तां करना नहीं चाहिदा हमेशा ही यार दोस्तां बन के खजीदी है नहीं नहीं मैं कदी कीता नहीं मैनूं कदी फीलिंग नहीं आई भी मैं स्टार हां मैं स्कूल च इदा ही यारां नाल यार इदा ही ਗੱਲਾਂ ਬਾਤਾਂ ਮਾਰੀਦੀਆਂ ਫੁੱਲ ਹਾਂਜੀ ਤੇ ਮੈਨੂੰ ਗੋਲੂ ਜੀ ਉਹ ਗੱਲ ਦੀ ਦੱਸਦੇ ਪਏ ਵੀ ਤੁਹਾਨੂੰ ਕੋਈ ਸਕੂਲੋਂ ਆ ਕੇ ਬੰਦੇ ਚੱਕ ਕੇ ਲੈ ਜਾਂਦੇ ਉਹ ਕੀ ਕਹਾਣੀ ਕੀ ਸੀ ਦੱਸੋ ਮੜਾ ਦੱਸ ਕਰ ਆਹੋ ਆਹੋ ਉਹ ਸੱਚ ਤੁਹਾਨੂੰ ਮੈਂ ਦੱਸਦਾ ਵਾਂ ਇਹ ਆਹੋ ਇਦਾਂ ਹੀ ਗੱਲ ਸੀ ਵੀ ਇਦਾਂ ਮੈਂ ਸਕੂਲ 'ਚ ਗਿਆ ਹਨਾ ਤੇ ਇਦਾਂ ਗਿਆ ਤੇ ਹੁੰਦੇ ਵੀ ਮਿਲਣਾ ਹੈ ਬਾਹਰ ਮੈਡਮ ਆਉਂਦੇ ਮੈਡਮ ਇਹਨੂੰ ਕੀ ਪਤਾ ਹੈ ਵਿਚਾਰੀਆਂ ਨੂੰ ਵੀ ਖਲੇ ਚੁੱਕਣ ਵਾਲੇ ਆਏ ਉਹਨੇ ਮਿਲਣਾ ਨਵੀਂ ਫੋਰਚੂਨਰ ਗੱਡੀ ਮੈਂ ਕਢਾ ਕੇ ਲਿਆ ਉਹਨੇ ਅਗਲੇ ਤੇ ਸੋਚਣਾ ਸ਼ਾਇਦ ਫੈਨ ਆਏ ਆ ਆਹੋ ਆਹੋ ਫੈਨ ਆਏ ਹਾਂਜੀ ਫੈਨ ਆਏ ਮੈਨੂੰ ਲੱਗਾ ਇਦਾਂ ਹੀ कपड़े पाए ब्रांड पूरे मैं चंगे तगड़े आए मिलना अगले एडी दूरों मम्मा का नाम स्पीक मैं आंजी आंजी आते पापा का नाम मैं लिख मैं आंजी आंजी आंधे भला दाना छे मैं आंजी आंधी आंधी हुई गल मेरी बहुत मैं बह गया गड्डी चाहते बह तेन घर से लैके चली गए घर लै गए ना जिदा मेरा मूंह बनया मैं भरा मैं साह ला लो तो उन्हें मूंह बनता उ टोला चंगे हटे कट्टे बने मैं रोला पाता गड्डी गुड्डी चंगी बनी गई ना फिर परिवार तू कौन है मैं पता तुम चुकन वाले जे मैडम घल दे मैं बार मैडम ने कहना मैं जी गुआढ़ी बार फोन लाना पैदा घर भी गुआढ़ी कल मैडम फिर घर दे बड़ी जिम्मेवारी होंगी है स्कूल की जो अध्यापक ने बड़ी जिम्मेवारी बच्चे की भी बच्चा टाइम से मैं यो कहना चाहूंगा भी बच्चे बच के रहा करो दुनिया के कल जो चलन दिया होने जो भी धिया भैन चुके लेंदे न्याणे चुके लेंदे मैं एक वीडियो वेखी सुते सारा टब्बर ते मुंडा कि लागू हो एडा मुंडा निगाया भी मां होना एक दो साल का होना एदा डेड़ी च पा लिया चौके कि उन्होंने मम्मी मुम्मी की जा खोली गई मारे डंडे फिर ओ हाँ जी चंगे वे मैं ध्यान रखा करो बच्चों का हाँ जी ध्यान रखा करो बच्चों का जो खाना खा ले पर कदी भी किसी को चीज लैके नहीं खानी ना किसी के मगर ला के कोई चीज खानी है सुनो भाई बार बार गोलू जरा समझा रहा वा जो बच्चे ज्यादा तुर पे लालच किसी टॉफिया लालच कि कुड़कुड़े लालच गोलू पा के किसी मगर लगना गुरु जी मैं दसो कि हम फिल्मों की गल करिए फिल्म तुम शूट किया वा तो कि फिल्मा तुम्हारी आ चुकी हैं तो डायरेक्टर
ठंड च आई मेनू इना पता है मैं प्लेटा ध्यान लग रही घट गया ढे जो मैं पऊ फिर खुराट भला भरी आए और रुक 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 नवा कढ़ाया उन्हें कहना मैं पी बजते दिन मैं कहना उन्हें कहना हाँ मार तेरी भैन वे लवाई वो आंदा भी मेरे पापा आए आते गोलू ना तू जा मन ला लूंगा कि धरती चाह पानी मुक् चला ऐसा फौजी दो मगर बैठा मैं नक वे कि कारखाने दस नहीं सकता मैंने अखा च पानी आ पा मेरे मैं दस नहीं सकता आप कि मुसीबत जी रहे हैं तो वेखने वाले ने कहना खुला पैसा आ बिल्कुल उत्थे जो मत मनोदे एक सूट नू दस दस बारी लेंदे एक सूट एक टेक नू एक टेक नू हाँ जी हाँ जी कई बार गलत हो जाता कई बार कुछ हो जाता कई बार कुछ हो जाता तो मैं अखा च पानी आता जिदा भी मेरे पापा के मतलब पैरों से किल वजद एक मेरे पापा के हाथ चो किल आर पार हो गया तो करंट मार के कढ़िया ही मैं बड़ा दुख होंगे वा भी मापिया के कोई खिलाफ जाए मैं वो खिलाफ हाँ सख्त खिलाफ हाँ वो जो मापिया की कदर नहीं ना करता मैं मानता नहीं कुछ मैं बंदा नहीं देखिए गोलू तुम बहुत मापिया प्यार करते हो पर जो बच्चे वे हो जाते हैं बह जाते हैं माँ बाप को घरों कढ़ देते हैं हाँ जी की कारण की होता है जी ये कई बच्चे हाँ जी ए भी मतलब विह करा लेंगे माँ बाप घरे घरों कढ़ देते लैटरिंग बाथरूम चुकया ढड्डा ना रात में कहने तो भी तुम रात बाथरूम कर दे रहे लैटरिंग कर दे रहे उदो नहीं तुम गंद पै तु आते भी उदो गंद पै तुहानू अगले सामते तो तुम हूँ तुहानू की सामभ बीबी अपने थान मापे अपने थान जो स्ट्रगल करना हो दोवें मतलब करना पैंता वा तो है ना तो इदा मतलब ना करो अपने मापिया कदर कराया करो अपने मापिया की धक्के ना दया करो भी जिदा तुम इदा धक्के देंगे बुढ़े बारे होंगे गोडे गिटे काम नहीं करते चपेड़ा मार के पैसे लेंगे व्डिया हाथ चुकना गलत गल है मैं अज तक अपने व्डे भरा के हाथ नहीं चुकया स्नेहा दे दो लोगों जो विह करा के अपने जनाइए मगर लग के अपने माँ बाप को हाँ जी मैं वो कहना चाहूँगा मैं उन्होंने खिलाफ है जो अपने माँ प्यो की कदर नहीं करते नशे च डुब जाते ढाणिया च बह बह के अगले माड़े कमी ला देंगे नशे लग जाते बार धक्के मार के कहते पैसे दे पैसे कितों देने तो आप बेचारे उदा के है वो आप ढे हाथ नहीं होते भी मुंडा कमा के लिया खाइए आप बेचारे कितों गोडे गिटे तो मैं उन्होंने खिलाफ हाँ प्लीज़ अपने माँ प्यो की ओनली रिस्पैक्ट कराया करो प्लीज़ अपने माँ प्यो की कदर कराया करो प्लीज ओनली तो मेरा गल तो गौर करो अपने माँ प्यो माँ प्यो तो वध के कोई चीज़ नहीं जे बंदे ज्यादा रब न रब न मनते हैं रब न मन की करो जो आप माँ प्यो की सेवा नहीं कर सकते ठीक है तो अपने माँ प्यो की सेवा कराया करो मैं वो कहना वा तो गोलू गल करिए होर परिवार थोड़े कौन कौन है सुपना की गोलू का जी मेरे परिवार च मम्मा पापा तो एक वड्डा ब्रदर है तो मैं वा चार जने आप मेरा सुपना है भी मैं मेहनत की कमाव रोटी बेईमानी दी ना कमाव भी मतलब खुला पैसा होवे मेरे को बेईमानी दा नहीं मेहनत दा हाँ जी भी लालच नहीं मैनू पैसे दा मतलब जिदा मेरे मम्मी पापा हैं मैं गड्डी होवे मेरे कह मैं मम्मी पापा की सेवा ही करी जावां जिन्नी होवे हाँ जी बहुत सोनी गलबात की है पर विह की गल करिए जो ये तो कि विह करा तुम बदल जाओ असं देखते भी ज्यादातर लोग विह करा के बदल जाते हैं वह हमेशा जानी मगर लाके अपने माँ बाप घरों भेज देते हैं नहीं 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 मैं विह करा नहीं क्यों नहीं आप नौकर लेने नौकर रख लेने पर फिर भी नौवा सुख दोगे माँ बाप रोटियां पका दया दूगी नौकर लेने आप शेफ रखने तगड़े तो तगड़ा अग कड के रोटी बनाया करने की टोप दी ओले रखने शेफ ठीक है खुला पैसा अगले जिंदगी जीने कुछ नहीं है
ਲੋਕ ਸੋਚਦੇ ਸ਼ਾਇਦ ਵੀ ਗੋਲੂ ਏ ਸੀ ਕਮਰੇ 'ਚ ਸੌ ਰਿਹਾ ਵਾ, ਵਧੀਆ ਵਧੀਆ ਮੰਜੇ ਨੇ, ਮਖਮਲ ਦੇ ਕੱਪੜੇ ਬਹੁਤ ਵਧੀਆ ਪਾਉਂਦਾ ਨਾ, ਐਲ ਸੀ ਡੀਆਂ ਰੱਖੀਆਂ ਨੇ, ਬਹੁਤ ਵਧੀਆ ਘਰ ਦੇ ਬਾਹਰ ਗੱਡੀ ਲੱਗੀ ਆ। ਨਹੀਂ 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 ਨਹੀਂ, ਇਹ ਜੇ ਮੈਂ ਅੱਜ ਸ਼ੁਰੂਆਤ ਹੈ ਮੇਰੀ, ਸ਼ੁਰੂਆਤ ਹੈ ਮਹਾਵੀਰ ਮਹਾਵੀਰ ਧਾਲੀਵਾਲ ਦਾ ਪਤਾ ਜੀ, ਜਿਹੜੇ ਬੜੀਆਂ ਫਿਲਮਾਂ 'ਚ ਆ, ਉਹ ਆਉਂਦੇ ਵੀ ਮੈਨੂੰ 35-40 ਸਾਲ ਲੱਗੇ ਮੈਨੂੰ ਬਣਦੇ ਹੀ, ਕਹਿੰਦਾ ਤੁਹਾਡੀ ਤਾਂ ਹਜੇ ਸ਼ੁਰੂਆਤ ਹੀ ਆ। ਹਾਂਜੀ, ਤੂੰ ਹਜੇ ਟਾਈਮ ਲੱਗਣਾ, ਹਜੇ ਤਾਂ ਸ਼ੁਰੂਆਤ ਹੀ ਸਾਡੀ। ਅਤੇ ਚਾਰ ਚੀਜ਼ਾਂ ਮੈਂ ਮੇਨ ਚੀਜ਼ ਕਰਦਾ ਵਾਂ, ਇੱਕ ਮੇਰੇ ਸੁੱਖ ਸਿੰਘੜਾ ਭਾਅ ਜੀ ਜਿਹੜੇ, ਜਿਨ੍ਹਾਂ ਕਰਕੇ ਮੈਂ ਅੱਜ ਜਿਨ੍ਹਾਂ ਦੀ ਬਦੌਲਤ ਹੈ ਉਹਨਾਂ ਮੈਨੂੰ ਅੰਬਰ ਦੇ ਸੁਪਰ ਸਟਾਰ ਬਣਾਇਆ। ਦੂਜੀ ਮੈਂ ਆਪਣੇ ਬਾਬਿਆਂ ਨੂੰ ਬੜਾ ਮੰਨਦਾ ਵਾਂ, ਉਹਨਾਂ ਦਾ ਹੀ ਬੱਚਾ ਮੈਂ, ਉਹ ਮੈਨੂੰ ਆਪਣਾ ਬੱਚਾ ਮੰਨਦੇ। ਦੂਜੀ ਗੱਲ, ਤੀਜੀ ਠੀਕ ਆ, ਤੀਜੀ ਜਿਹੜੀ ਆਡੀਅੰਸ ਮੈਨੂੰ ਲਾ ਵੀ ਸਕਦੀ ਹੈ ਅਤੇ ਚੜ੍ਹਾ ਵੀ ਸਕਦੀ ਹੈ। ਅਤੇ ਚੌਥੀ, ਚੌਥੀ ਕੀ ਭਲਾ? ਚੌਥੀ ਮਾਂ ਬਾਪ। ਚੌਥੀ ਮਾਂ ਬਾਪ, ਇਹ ਆਪਣੇ ਮਾਂ ਬਾਪ ਦੀ ਮਤਲਬ ਮਾਂ ਬਾਪ ਹਾਂ ਕਦਰ ਕਰਿਆ ਕਰੋ ਆਪਣੇ ਮਾਂ ਬਾਪ ਦਾ, ਮੇਰੇ ਮਾਂ ਬਾਪ ਦਾ ਮੇਰੇ 'ਤੇ ਆਸ਼ੀਰਵਾਦ ਆ। ਚੌਥੀ ਇਹ ਗੱਲ। ਤੁਸੀਂ ਦੇਖਿਆ ਵੀ ਗੋਲੂ ਜਿਹੜਾ ਵਾ ਛੋਟਾ ਜਿਹਾ ਵੀਰ ਸਾਡਾ ਕਿੰਨੀਆਂ ਸਿਆਣੀ ਗੱਲਾਂ ਕਰ ਰਿਹਾ ਵਾ, ਅਤੇ ਮਾਂ ਬਾਪ ਦੀ ਸੁਨੇਹਾ ਦੇ ਰਿਹਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਮਾਂ ਬਾਪ ਨੂੰ ਸੇਵਾ ਨਹੀਂ ਕਰਦੇ ਘਰੋਂ ਕੱਢ ਦਿੰਦੇ ਨੇ, ਉਹਨਾਂ ਕਿਹਾ ਵੀ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਆ। ਰੱਬ ਤੋਂ ਬਾਅਦ ਮਾਂ ਬਾਪ ਨੂੰ ਜਿਹੜਾ ਪੂਜਾ ਜਾਂਦਾ, ਲੋਕ ਚਾਹੇ ਮੰਦਰ ਗੁਰਦੁਆਰੇ ਤਾਂ ਹੀ ਨਾ ਜਾਇਆ ਕਰੋ, ਨਹੀਂ ਤੁਹਾਡਾ ਟਾਈਮ ਲੱਗਦਾ ਮੱਥਾ ਟੇਕ ਨਾ ਜਾ ਕੇ, ਪਰ ਆਪਣੇ ਮਾਂ ਬਾਪ ਦੀ ਸੇਵਾ ਜ਼ਰੂਰ ਕਰਿਆ ਕਰੋ, ਮਾਂ ਬਾਪ ਦਾ ਸੇਵਾ ਜ਼ਰੂਰ ਲਿਆ ਕਰੋ, ਕਿਉਂਕਿ ਉਹਨਾਂ ਵਿੱਚ ਰੱਬ ਵੱਸਦਾ ਵਾ। ਠੀਕ ਹੈ ਗੋਲੋ ਜੀ, ਹੋਰ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ, ਤੁਹਾਡੀਆਂ ਫੇਵਰੇਟ ਕੋਈ ਗੱਲਾਂ ਹੋਣ, ਤੁਹਾਡਾ ਕੋਈ ਫੇਵਰੇਟ ਡਾਇਲੋਗ ਹੋਵੇ ਜਾਂ ਕੋਈ ਪੁਰਾਣੀ ਗੱਲ ਯਾਦ ਹੋਵੇ ਤੁਹਾਨੂੰ? ਪੁਰਾਣੀ ਗੱਲ ਕੋਈ ਨਹੀਂ ਜੀ, ਮੇਰਾ ਦੋਸਤ ਆ ਬਸ, ਮੈਨੂੰ ਉਹ ਵਧੀਆ ਲੱਗਦਾ ਵਾ। ਠੀਕ ਹੈ, ਹਾਂਜੀ। ਅਤੇ ਸੁਨੇਹਾ ਦੇ ਦਾ ਕੋਈ ਦਰਸ਼ਕਾਂ ਨੂੰ, ਜਿਹੜੇ ਖਾਸ ਕੇ ਕਹਿੰਦੇ ਨੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਜਾਂ ਉੱਥੇ ਨਕਲ ਵੱਜਦੀ ਆ, ਕਿ ਸੁਨੇਹਾ ਦੇ ਨਾਲ? ਨਕਲ ਨਹੀਂ ਜੀ ਵੱਜਦੀ, ਤੁਹਾਨੂੰ ਸਿੱਧੀ ਗੱਲ ਦੱਸਾਂ, ਆਪਣੀ ਮਿਹਨਤ ਦੇ ਸਿਰ ਉੱਥੇ ਪੜ੍ਹਨਾ ਪੈਂਦਾ ਅਗਲਿਆਂ ਦੇ, ਅਗਲੇ 3 ਟੀਚਰ ਹੁੰਦੇ, ਇੱਕ ਅੱਗੇ ਹੁੰਦਾ, ਇੱਕ ਮੰਗਣ ਹੁੰਦਾ, ਇੱਕ ਵਿਚਕਾਰ ਹੁੰਦਾ, ਕਹਿੰਦਾ ਨਕਲ ਮਾਰਦਾ, ਅਗਲੇ ਫਿਰ ਆਉਂਦੇ ਪਹਿਲਾਂ ਪਿਆਰ ਨਾਲ ਸਮਝਾਉਂਦੇ, ਨਹੀਂ ਬੱਚਾ ਮੰਨਦਾ ਸੋਟੀਆਂ ਫਿਰ ਪਨਿਸ਼ਮੈਂਟ ਦੇਣੀ ਪੈਂਦੀ ਤੁਹਾਨੂੰ ਪਤਾ। ਇੱਕ ਬੱਚੇ, ਇੱਕ ਮੈਡਮ ਗਾੜੀ ਹੁੰਦੀ, ਇੱਕ ਪਛਾੜੀ ਹੁੰਦੀ ਆ, ਇੱਕ ਵਿਚਕਾਰ ਹੁੰਦੀ, ਫਿਰ ਬੱਚਾ ਕਿੱਥੇ ਵੇਂਦਾ? ਨਹੀਂ ਮਤਲਬ ਵੀ ਜਿੱਦਾਂ ਹੁਣ ਇੱਕ ਆਹ ਲੈਣ ਵਾ ਠੀਕ ਆ, ਤੇ ਆਹ ਦੂਜੀ ਲੈਣ ਬਣ ਗਈ, ਥੋੜੀ ਥੋੜੀ ਵੀ ਇੱਥੇ ਸੜਦੇ ਆ ਮੈਡਮਾਂ ਦੀ ਕੁਰਸੀ ਦੱਸਣ ਨੂੰ, ਇੱਕ ਅੱਗੇ ਬਹਿੰਦੇ ਮੈਡਮ, ਇੱਕ ਵਿਚਕਾਰ ਬਹਿੰਦੇ, ਇੱਕ ਪਿੱਛੇ ਬਹਿੰਦੇ। ਠੀਕ ਹੈ, ਇਸ ਤਰ੍ਹਾਂ ਗੱਲ ਹੈ। ਠੀਕ ਹੈ, ਲੇਸ ਦੀ ਗੱਲਬਾਤ ਕੀਤੀ ਗੋਲੂ ਨਾਲ, ਗੋਲੂ ਮਾਝੇ ਨਾਲ, ਤੁਸੀਂ ਦੇਖਿਆ ਵੀ ਗੋਲੂ ਮਾਝੇ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਅਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਿਹੜੇ ਲੋਕ ਕਹਿੰਦੇ ਨੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ, ਉਹਨਾਂ ਦੱਸਿਆ ਵੀ ਪੜ੍ਹਾਈ ਬਹੁਤ ਹੁੰਦੀ ਆ, ਮਿਹਨਤ ਕਰਕੇ ਪਾਸ ਹੋਣਾ ਪੈਂਦਾ, ਨਾ ਕਿ ਨਕਲ ਨਹੀਂ ਵੱਜਦੀ। ਉਹਨਾਂ ਕਿਹਾ ਵੀ ਹਮੇਸ਼ਾ ਆਪਣੀ ਮਿਹਨਤ ਨਾਲ ਜਿਹੜਾ ਵਾ ਕਰਕੇ ਜਿਹੜਾ ਹੀ ਪੇਪਰ ਦੇਣੀ ਚਾਹੀਦੀ ਆ, ਅਤੇ ਜ਼ਿੰਦਗੀ ਦੇ ਮਾਹੌਲ ਵਿੱਚੋਂ ਜਿਹੜਾ ਲੰਘਣਾ ਚਾਹੀਦਾ ਵਾ। ਖਾਸ ਕਰਕੇ ਉਹਨਾਂ ਕਿਹਾ ਵੀ ਮੈਂ ਆਪਣੀ ਜਿਹੜੀ ਆ ਮਿਹਨਤ ਕਰ ਰਿਹਾ ਜ਼ਿੰਦਗੀ ਵਿੱਚ, ਇਮਾਨਦਾਰੀ ਵੀ ਜਿਹੜੀ ਹੈ, ਮਿਹਨਤ ਕਰਕੇ ਆਪਣੇ ਪਰਿਵਾਰ ਦਾ ਸੁਪਨਾ ਜਿਹੜਾ ਵਾ ਵੀ ਚੰਗਾ ਰੋਟੀ ਖਾਣ ਵਾਸਤੇ ਪਰਿਵਾਰ ਨੂੰ ਮਾਂ ਬਾਪ ਦਾ ਜਿਹੜਾ ਸੁਪਨਾ ਵਿਖਾਇਆ ਵੀ ਚੰਗੀ ਹਾਲਾਤ ਜਿਹੜੇ ਮਾਂ ਬਾਪ ਨੂੰ ਦਿਖਾਇਆ, ਅਤੇ ਉਹਨਾਂ ਦੀ ਗਰੀਬੀ ਜਿਹੜੀ ਦੂਰ ਕਰਨ ਵਾਸਤੇ ਜਿਹੜਾ ਮਿਹਨਤ ਕਰ ਰਿਹਾ ਵਾ। ਪਰਮਾਤਮਾ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਕੋਲੋਂ ਇਸੇ ਤਰ੍ਹਾਂ ਗੋਲੂ ਜਿਹੜਾ ਸਾਡਾ ਛੋਟਾ ਵੀਰ ਆ ਮਿਹਨਤ ਕਰੇ ਅਤੇ ਆਪਣੇ ਪਰਿਵਾਰ ਦਾ ਜਿਹੜਾ ਸੁਪਨਾ ਪੂਰਾ ਕਰੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ। ਸਤਿ ਸ਼੍ਰੀ ਅਕਾਲ।